ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ। ਖਬਰ ਸੰਗਰੂਰ ਤੋਂ, ਜਿੱਥੇ ਨਵੇਂ ਆਏ SSP ਵੱਲੋਂ ਦਿੱਤੀਆਂ ਸਖਤ ਹਦਾਇਤਾਂ ਤੋਂ ਬਾਅਦ ਜ਼ਿਲ੍ਹੇ ਭਰ ਦੇ ਵਿੱਚ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਨੇ। ਇੰਨਾ ਹੀ ਨਹੀਂ, ਸੈਂਕੜੇ ਬੁਲਟ ਮੋਟਰਸਾਈਕਲਾਂ ਤੋਂ ਮੋਡੀਫਾਈ ਸਲੈਂਸਰਾਂ ਨੂੰ ਉਤਰਵਾ ਕੇ ਬੁਲਡੋਜ਼ਰ ਦੇ ਨਾਲ ਕ੍ਰਸ਼ ਕਰਵਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਧੂਰੀ ਦੇ SHO ਸੌਰਵ ਸੱਭਰਵਾਲ ਨੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਜੇਕਰ ਕੋਈ ਵੀ ਭਵਿੱਖ ਦੇ ਵਿੱਚ ਮੋਡੀਫਾਈ ਸਲੈਂਸਰ ਲਗਾ ਕੇ ਪਟਾਕੇ ਵਜਾਉਂਦਾ ਨਜ਼ਰ ਆਇਆ ਤਾਂ ਉਸ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਬਹੁਤ ਜ਼ਿਆਦਾ ਮੁੱਖ ਜਿਹੜੀ ਪ੍ਰੋਬਲਮ ਸੀਗੀ ਧੂਰੀ ਸ਼ਹਿਰ ਦੀ ਉਹ ਇਹ ਸੀਗੀ ਕਿ ਬਜ਼ੁਰਗਾਂ ਵੱਲੋਂ, ਬੱਚਿਆਂ ਵੱਲੋਂ ਅਤੇ ਆਮ ਪਬਲਿਕ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਧੂਰੀ ਦੇ ਵਿੱਚ ਬੁਲਟ ਮੋਟਰਸਾਈਕਲ ਬਹੁਤ ਜ਼ਿਆਦਾ ਚੱਲ ਰਹੇ ਨੇ ਅਤੇ ਬਹੁਤ ਜ਼ਿਆਦਾ ਪਟਾਕੇ ਮਾਰਨ ਵਾਲੇ ਜਿਹੜੇ ਸਾਇਲੈਂਸਰ ਨੇ ਉਹ ਯੂਜ਼ ਕਰ ਰਹੇ ਨੇ ਅੱਜ ਕੱਲ੍ਹ ਦੀ ਜਿਹੜੇ ਮਨੀਰ ਆ, ਅਤੇ ਉਹਦੇ ਕਰਕੇ ਇਸ ਪ੍ਰੋਬਲਮ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਮੁਹਿੰਮ ਚਲਾਈ ਸੀ ਜਿਹਦੇ ਵਿੱਚ ਜਿੰਨੇ ਵੀ ਬੁਲਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵੱਜਦੇ ਨੇ ਆਪ ਚੈੱਕ ਕਰਕੇ ਆਪ ਚੌਂਕ ਦੇ ਵਿੱਚ ਖੜੇ ਹੋ ਕੇ ਗਲੀ ਗਲੀ ਜਾ ਕੇ ਜਿੱਥੇ ਜਿੱਥੇ ਮੋਟਰਸਾਈਕਲ ਸਾਨੂੰ ਦਿਖਦੇ ਸੀਗੇ ਅਸੀਂ ਉਹ ਸਾਰੇ ਮੋਟਰਸਾਈਕਲਾਂ ਨੂੰ ਇੰਪਾਊਂਡ ਕੀਤਾ, ਉਹਨਾਂ ਦੇ ਬੰਦ ਚਲਾਨ ਕੀਤੇ ਅਤੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਜਿਹੜੇ ਇਹ ਯੂਜ਼ ਕਰ ਰਹੇ ਨੇ। ਅਤੇ ਅੱਜ ਕਰੀਬ ਸੈਂਕੜੇ ਦੇ ਕਰੀਬ ਅਸੀਂ ਇਹ ਜਿਹੜੇ ਬੁਲਟ ਮੋਟਰਸਾਈਕਲ ਦੇ ਜਿਹੜੇ ਸਾਇਲੈਂਸਰ ਪਟਾਕੇ ਵਾਲੇ ਨੇ ਇਹ ਲੁਹਾ ਕੇ ਇਹਨਾਂ ਨੂੰ ਅੱਜ ਕ੍ਰਸ਼ ਕੀਤਾ ਸੀ। ਭਵਿੱਖ ਵਿੱਚ ਸਰ ਅਜਿਹੀ ਉਸ ਨੂੰ ਲੈ ਕੇ ਮੁਹਿੰਮ ਨੂੰ ਲੈ ਕੇ ਕੀ ਯੋਜਨਾ ਹੈ ਤੁਹਾਡੀ, ਜੇ ਆਉਣ ਵਾਲੇ ਟਾਈਮ 'ਚ ਵੀ ਪਟਾਕੇ ਪਾਉਣਗੇ ਜਿਹੜੇ ਲੋਕ ਮਨ 'ਚ? ਦੇਖੋ ਇਹ ਇਸ ਤੁਹਾਡੇ ਜ਼ਰੀਏ ਮੈਂ ਇਹ ਮੈਸੇਜ ਬਿਲਕੁਲ ਕ੍ਰਿਸਟਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਧੂਰੀ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਜੇ ਇਹ ਕੰਮ ਕਰ ਰਹੇ ਹੋ, ਵੈਸੇ ਨਹੀਂ ਕਿਸੇ ਨੂੰ ਚੰਗੇ ਬੰਦੇ ਨੂੰ ਸ਼ੋਭਾ ਦਿੰਦਾ, ਪਰ ਜੇ ਹਾਂ ਤੁਸੀਂ ਇੱਥੇ ਕਰੋਗੇ ਬੰਦ ਦੀ ਕਾਨੂੰਨੀ ਕਾਰਵਾਈ, ਸਖ਼ਤ ਤੋਂ ਸਖ਼ਤ ਐਕਸ਼ਨ ਤੁਹਾਡੇ ਖਿਲਾਫ਼ ਲਿਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ। ਕੀ ਇਹਦਾ ਪੇਰੈਂਟਸਾਂ ਨੂੰ ਵੀ ਦੱਸਿਆ ਗਿਆ ਸਰ? ਜੀ ਇਹਨਾਂ ਦੇ ਜਿਹੜੇ ਬੱਚੇ ਸਟੂਡੈਂਟਸ ਜਾਂ ਜਿਹੜੇ ਵੀ ਇਹ ਯੂਜ਼ ਕਰਦੇ ਸੀਗੇ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਇਮੀਡੀਏਟਲੀ ਕਾਲ ਕਰਕੇ ਬੁਲਾਉਂਦੇ ਵੀ ਸੀਗੇ, ਉਹਨਾਂ ਨੂੰ ਦੱਸਦੇ ਵੀ ਸੀਗੇ ਕਿ ਇਹਦੇ ਨਾਲ ਬਾਕੀਆਂ ਨੂੰ ਵੀ ਤਕਲੀਫ਼ ਹੋ ਰਹੀ ਹੈ, ਆਮ ਪਬਲਿਕ ਜਿਹੜੀ ਆ ਉਹ ਤੰਗ ਹੋ ਰਹੀ ਹੈ, ਛੋਟੇ ਬੱਚੇ ਹੁੰਦੇ ਆ ਘਰਾਂ 'ਚ, ਬਜ਼ੁਰਗ ਲੋਕ ਹੁੰਦੇ ਨੇ ਤਾਂ ਉਹ ਦਹਿਲ ਜਾਂਦੇ ਇੱਕ ਵਾਰ ਇਸ ਪਟਾਕੇ ਕਰਕੇ। ਤਾਂ ਇਹ ਸਾਰਿਆਂ ਨੂੰ ਇੱਕ ਸੁਨੇਹਾ ਦਿੱਤਾ ਸੀਗਾ, ਬੁਲਾ ਬੁਲਾ ਕੇ ਵੀ ਕਿਹਾ ਕਿ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ, ਤਾਂ ਤੁਹਾਡੇ ਵੀ ਸਹਿਯੋਗ ਦੀ ਸਾਨੂੰ ਲੋੜ ਹੈ, ਤਾਂ ਕਾਈਂਡਲੀ ਇਹ ਗੱਲ ਜੇ ਤੁਸੀਂ ਆਪ ਸਮਝ ਸਕਦੇ ਹੋ ਕਿ ਇਹਨੂੰ ਮਤਲਬ ਜਿੰਨੀ ਜਲਦੀ ਹੋਵੇ ਇਹਨੂੰ ਖਤਮ ਹੀ ਕਰੀਏ, ਉਹਨਾਂ ਜ਼ਿਆਦਾ ਆਪਣੇ ਧੂਰੀ ਸ਼ਹਿਰ ਦੇ ਵਿਕਾਸ ਲਈ ਵੀ ਅਤੇ ਲੋਕਾਂ ਲਈ ਵੀ ਚੰਗਾ ਰਹੂਗਾ।